मैं यादविंदर सिंह लाली तुम देख रहे हो पंजाब नाइन टैलीविजन 117 विधानसभा सीटा ने अज वोटिंग हो रही है आप गल कर रहे की मुद्दे ने वोट करे लोग भी की मुद्दे ने इन दे। भी देखते हैं किनू जिता कि रखते हैं आप गल करते हैं बोलूंगा कोई ਹਾਂਜੀ ਵੋਟ ਪਾਏ ਜੀ ਹਾਂਜੀ ਪਾਇਆ ਜੀ ਕੀ ਮੁੱਦੇ ਨੇ ਜੀ ਆਪਣੇ ਸਾਰੇ ਹਿੰਦੁਸਤਾਨ ਦੇ ਜੀ ਆਪਣੇ ਪੰਜਾਬ ਦੇ ਕੀ ਮੁੱਦੇ ਨੇ ਕਿ ਨੌਕਰੀਆਂ ਨੇ ਜਾਂ ਕੀ ਹੈ ਮੁੱਦਿਆਂ ਦਾ ਪਤਾ ਨਹੀਂ ਜੀ ਸ਼ਾਂਤਮਈ ਵੋਟ ਭੁਗਤ ਰਹੀ ਹੈ ਕੋਈ ਰੋਲਾ ਰੱਪਾ ਨਹੀਂ ਹੈਗਾ ਨਹੀਂ ਤੁਸੀਂ ਨੇ ਵੋਟ ਤਾਂ ਪਾਈ ਹੈ ਕੀ ਮੁੱਦੇ ਦੇਖ ਕੇ ਪਾਏ ਨੇ ਜੀ ਮੁੱਦੇ ਜੀ ਸਾਡੇ ਕੰਮ ਹੋਣ ਬਸ ਇਹੀ ਹੈ ਕੀ ਕੰਮ ਜੀ ਕੀ ਦਾ ਹੋਣਗੇ ਕੋਈ ਕੰਮ ਜੀ ਮਹਿੰਗਾਈ ਘਟ ਜੇ ਸਾਡੇ ਜਵਾਕਾਂ ਨੂੰ ਕੰਮ ਮਿਲ ਜੇ ਕੋਈ ਵਧੀਆ ਵਿਕਾਸ ਹੋਵੇ ਇਹੀ ਮੁੱਦੇ ਨੇ ਜੀ ये विकास के नाते वोटा पा रहे हैं हाँ कोई बोलूगा जी कूड़ा सिंह बुलवा दे हाँ हाँ बोलो ਤੁਸੀਂ ਬੋਲੋਗੇ ਹਾਂਜੀ ਤੁਹਾਡਾ ਨਾਮ ਜੀ ਨਰਿੰਦਰ ਕੁਮਾਰ ਤੁਸੀਂ ਵੋਟ ਪਾਏ ਜੀ ਬਿਲਕੁਲ ਪਾਇਆ ਜੀ ਕੀ ਮੁੱਦਿਆਂ ਤੁਸੀਂ ਵੋਟ ਪਾਈ ਹੈ ਜੀ ਕੀ ਮੁੱਦੇ ਨੇ ਆਪਣੇ ਇਸ ਵਾਰ ਦਾ ਇਲੈਕਸ਼ਨ 'ਚ ਕੋਈ ਮੁੱਦਾ ਹੀ ਨਹੀਂ ਜੀ ਸਾਰੇ ਆਪਣੀ ਆਪਣੀ ਡਫਲੀ ਆਪਣੀ ਆਪਣਾ ਰਾਗ ਨਹੀਂ ਉਹ ਤਾਂ ਹੈਗਾ ਜੀ ਤੂੰ ਕੁਸਤਾ ਤੇ ਪਬਲਿਕ ਨੂੰ ਚਾਹੀਦਾ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਮਹਿੰਗਾਈ ਘਟਣੀ ਚਾਹੀਦੀ ਹੈ ਬੱਚਿਆਂ ਨੂੰ ਪੜ੍ਹਾਈ ਚਾਹੀਦੀ ਹੈ ਸਕੂਲ ਬੰਦ ਪਏ ਨੇ ਸਿਹਤ ਸਹੂਲਤਾਂ ਚਾਹੀਦੀਆਂ ਨੇ ਕੋਈ ਸਰਕਾਰ ਜਿਹੜੀ ਆਵੇ ਚੰਗੀ ਆਵੇ ਵਧੀਆ ਜਿਹੜੀ ਸਾਰੀਆਂ ਸਹੂਲਤਾਂ ਦੇ ਜਿਹੜਾ ਪਿਛਲੀਆਂ ਸਰਕਾਰਾਂ ਦੀ ਉਹਨੇ ਕੁਝ ਕੀਤਾ ਜੀ ਨਹੀਂ ਉਹ ਕਿਸੇ ਨੇ ਕੀ ਕੀਤਾ ਕਿਸੇ ਨੇ ਕੁਛ ਨਹੀਂ ਕੀਤਾ ਹੈਗਾ ਆਪਣੇ ਆਪਣੇ ਢਿੱਡ ਭਰੇ ਨੇ ਸਾਰਿਆਂ ਨੇ ਹਾਂਜੀ ਹੁਣ ਤੁਸੀਂ ਵੋਟ ਪਾਈ ਹੈ ਕਿਸ ਕਿਸ ਮੁੱਦੇ 'ਤੇ ਪਾਈ ਹੈ ਅਸੀਂ ਇਹੀ ਕਹਿੰਦੇ ਹਾਂ ਵੀ ਬੱਚਿਆਂ ਨੂੰ ਪੜ੍ਹਾਈ ਮਿਲੇ ਸਕੂਲ ਖੁੱਲ੍ਹਣ ਸਿਹਤ ਸਹੂਲਤਾਂ ਮਿਲਣ ਮੁੰਡਿਆਂ ਨੂੰ ਰੁਜ਼ਗਾਰ ਮਿਲੇ ਜਿਹੜੇ ਵਿਹਲੇ ਫਿਰਦੇ ਨੇ ਹਾਂ ਲੋਕਾਂ ਦਾ ਕਹਿਣਾ ਹੈ ਵੀ ਸਿਹਤ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਰੁਜ਼ਗਾਰ ਮਿਲਣਾ ਚਾਹੀਦਾ ਜੋ ਬੇਰੁਜ਼ਗਾਰੀ ਵਧੀ ਹੋਈ ਹੈ ਇਸ ਕਰਕੇ ਇਹਨਾਂ ਵੋਟਾਂ ਪਾਈ ਨੇ ਇਹ ਮੁੱਦੇ ਨੇ ਇਹਨਾਂ ਦੇ ਅਤੇ ਯਾਦਵਿੰਦਰ ਸਿੰਘ ਲਾਲੀ ਤੁਸੀਂ ਦੇਖ ਰਹੇ ਹੋ ਪੰਜਾਬ ਨਾਈਨ ਟੈਲੀਵਿਜ਼ਨ ਸ਼ੇਅਰ ਕਰਿਓ ਸ਼ੇਅਰ ਬੰਦ ਕਰ ਦਿਓ ਸਰ ਮੈਂ ASI ਅਰਵਿੰਦਰਪਾਲ ਸਿੰਘ ਇੱਥੇ ਸਿਕਿਉਰਿਟੀ ਇੰਚਾਰਜ ਮੇਰੀ ਡਿਊਟੀ ਹੈ ਜੀ ਇੱਥੇ ਇਸ ਟਾਈਮ ਅਸੀਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਗਰਲਜ਼ ਦੇ ਵਿੱਚ 3 ਬੂਥ ਬਣੇ ਹੋਏ ਨੇ ਅਤੇ 3 ਬੂਥਾਂ 'ਤੇ ਤਕਰੀਬਨ 3,000 ਦੇ ਕਰੀਬ ਜਿਹੜੀ ਵੋਟਾਂ ਨੇ ਅਤੇ ਫਿਲਹਾਲ 25-30% ਜਿਹੜੀ ਵੋਟ ਆ ਉਹ ਪੋਲ ਹੋ ਚੁੱਕੀ ਹੈ ਇਹ ਨਾਲ ਜਿਹੜੇ ਪ੍ਰੈਜ਼ਾਈਡਿੰਗ ਅਫਸਰ ਸਾਹਿਬ ਨੇ ਸਾਨੂੰ ਬਾਹਰ ਆ ਕੇ ਦੱਸਦੇ ਰਹਿੰਦੇ ਨੇ ਕਿਉਂਕਿ ਸਾਨੂੰ ਜਿਹੜਾ ਸਾਡਾ ਸਿਕਿਉਰਿਟੀ ਅਰੇਂਜਮੈਂਟ ਹੈ ਉਹ ਬੂਥ ਦੇ ਬਿਲਕੁਲ ਬਾਹਰ ਹੁੰਦਾ ਅਤੇ ਇਸ 'ਤੇ ਕਿਸੇ ਵੀ ਤਰ੍ਹਾਂ ਦੀ ਕੋਈ ਸੈਂਸਿਟੀਵਿਟੀ ਨਹੀਂ ਆਰਡਨਰੀ ਬੂਥ ਹੈ ਇਹ ਅਤੇ ਬਾਕੀ ਮੈਂ ਇੱਥੇ ਪਬਲਿਕ ਹੈ ਜਿਹੜੀ ਅਸੀਂ ਇਹਨਾਂ ਨੂੰ ਸਵੇਰੇ ਹੀ ਕਾਫੀ ਅਵੇਅਰ ਕੀਤਾ ਜੋ ਡਾਇਰੈਕਸ਼ਨਸ ਨੇ ਇਲੈਕਸ਼ਨ ਕਮਿਸ਼ਨਰ ਸਾਹਿਬ ਦੀਆਂ ਉਹ ਇਹਨਾਂ ਨੂੰ ਡਾਇਰੈਕਸ਼ਨਸ ਬਾਰੇ ਜੋ ਦੱਸਦੀ ਸੀ ਤਕਰੀਬਨ ਆਲਮੋਸਟ ਸਾਰੀ ਪਬਲਿਕ ਹੈ ਇੰਨੀ ਕੁ ਅਵੇਅਰ ਹੈ ਵੀ ਇਹਨਾਂ ਨੂੰ ਇਸ ਚੀਜ਼ ਬਾਰੇ ਪਤਾ ਹੁੰਦਾ ਸੀਗਾ ਕਿ ਮੋਬਾਈਲ ਫੋਨ ਵਗੈਰਾ ਜਾਂ ਜਿਹੜਾ ਵੀ ਇਹ ਅੰਦਰ ਨਹੀਂ ਲੈ ਕੇ ਜਾਣਾ ਅਤੇ ਹਥਿਆਰ ਵਗੈਰਾ ਦੀ ਵੀ ਪੂਰੀ ਮਨਾਹੀ ਹੈ ਅਤੇ ਬਿਲਕੁਲ ਜਿਹੜਾ ਸਿਕਿਉਰਿਟੀ ਅਰੇਂਜਮੈਂਟ ਹੈ ਬਿਲਕੁਲ ਸਹੀ ਚੱਲ ਰਿਹਾ ਸ਼ਾਂਤੀਪੂਰਵਕ ਹੋ ਰਹੀ ਹੈ ਹਾਂਜੀ ਬਿਲਕੁਲ ਸ਼ਾਂਤੀਪੂਰਵਕ ਹੋ ਰਹੀ ਹੈ ਇੱਥੇ ਕਿਸੇ ਕਿਸਮ ਦੀ ਵੀ ਕੋਈ ਵੀ ਲੜਾਈ ਝਗੜਾ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੋਟਰ ਨੇ ਜਿਹੜੇ ਕਿਸੇ ਇੱਕ ਪਾਰਟੀ ਨੂੰ ਸਪੋਰਟ ਕਰਦੇ ਜਾਂ ਕਿਸੇ ਦਾ ਨਾਂ ਲੈਂਦੇ ਇਸ ਤਰੀਕੇ ਨਾਲ ਨਜ਼ਰ ਨਹੀਂ ਆਏ ਸਾਇਲੈਂਟ ਵੋਟਰ ਹੈ ਔਰ ਇੱਕ ਬਿਲਕੁਲ ਸਹੀ ਸਿਆਣਪ ਦਾ ਜੋ ਸਬੂਤ ਦੇ ਰਹੇ ਨੇ ਕਿੰਨੇ ਪਰਸੈਂਟ ਹੋ ਗਏ ਜੀ ਵੋਟ ਜੀ ਫਿਲਹਾਲ ਸਰ 25-30% ਜਿਹੜੀ ਵੋਟ ਆ ਉਹ ਪੋਲ ਹੋ ਚੁੱਕੀ ਹੈ 10 ਘੰਟੇ ਦਾ ਸਮਾਂ ਇਹਦਾ ਪੋਲਿੰਗ ਦਾ ਸਵੇਰੇ 8 ਵਜੇ ਪੋਲਿੰਗ ਸ਼ੁਰੂ ਹੋਈ ਸੀ ਅਤੇ 6 ਵਜੇ ਤੱਕ ਜਿਹੜੀ ਪੋਲਿੰਗ ਹੋਊਗੀ ਜਿੰਨਾ ਥੋੜ੍ਹਾ ਸਮਾਂ 1-1.5 ਘੰਟਾ ਜਦੋਂ ਵੱਧ ਹੋ ਜਾਂਦਾ ਤਾਂ ਇਹਦੇ ਨਾਲ ਜਿਹੜਾ ਪਬਲਿਕ ਦਾ ਰਸ਼ ਹੈ ਉਹ ਬਹੁਤ ਘੱਟ ਜਾਂਦਾ ਅਤੇ ਸਾਨੂੰ ਲਾਅ ਐਂਡ ਆਰਡਰ ਮੇਨਟੇਨ ਕਰਨ ਦੇ ਵਿੱਚ ਬਹੁਤ ਵੱਡੀ ਸਹੂਲਤ ਮਿਲਦੀ ਹੈ ਅਤੇ ਬਾਕੀ ਸਾਡੀਆਂ ਜਿਹੜੀਆਂ ਪੈਟਰੋਲਿੰਗ ਪਾਰਟੀਜ਼ ਨੇ SHO ਸਰ ਹੋ ਗਏ DSP ਸਾਹਿਬ ਹੋ ਗਏ ਸਾਡੇ SP ਸਾਹਿਬ ਹੋ ਗਏ ਉਹ ਤਕਰੀਬਨ ਘੰਟੇ ਘੰਟੇ ਬਾਅਦ ਇੱਥੇ ਆਪਣਾ ਉਹਨਾਂ ਨੇ ਵੀ ਰਾਊਂਡ ਰੱਖਿਆ ਹੋਇਆ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਆਈ ਤਾਂ ਸਾਰਿਆਂ ਦੇ ਸਾਡੇ ਕੋਲ ਫੋਨ ਨੰਬਰ ਨੇ ਤਾਂ ਜਲਦੀ ਤੋਂ ਜਲਦੀ ਸਿਕਿਉਰਿਟੀ ਅਰੇਂਜਮੈਂਟ ਹੈ ਜਿਹੜਾ ਕੀਤਾ ਜਾਵੇਗਾ ਕੀ ਮੁੱਦਿਆਂ 'ਤੇ ਵੋਟ ਪਾ ਰਹੇ ਹੋ ਜੀ ਮੁੱਦੇ ਤਾਂ ਇੱਦਾਂ ਹੈ ਜੀ ਜਿਹੜਾ ਕੰਮ ਕਰੂਗਾ ਜੀ ਉਹਦੇ ਹਿਸਾਬ ਨਾਲ ਵੋਟ ਪੈਂਦੀ ਹੈ ਜੀ ਹੁਣ ਤਾਂ ਜੀ ਫਿਰ ਵੀ ਕੀ ਮੁੱਦੇ ਨੇ ਜੀ ਆਮ ਲੋਕਾਂ ਦੇ ਆਮ ਲੋਕਾਂ ਦਾ ਇਹੀ ਹੈ ਜੀ ਮੁੱਦਾ ਜੀ ਵੀ ਕੋਈ ਵੀ ਸਰਕਾਰ ਜਿਹੜੀ ਕੰਮ ਕਰੂ ਉਹਨੂੰ ਸੋਚ ਕੇ ਵੋਟ ਪਾ ਰਿਹਾ ਹਰੇਕ ਬੰਦਾ ਜੀ ਮੁੱਦੇ ਕੀ ਨੇ ਜੀ ਮੁੱਦੇ ਦਾ ਦੱਸੋ ਨਾ ਜੀ ਮੁੱਦੇ ਦਾ ਸਾਫ਼ ਸਫਾਈ ਦਾ ਮੁੱਦਾ ਜੀ ਰੁਜ਼ਗਾਰ ਦਾ ਮੁੱਦਾ ਜੀ ਹਾਂਜੀ ਇਹੀ ਮੁੱਦੇ ਨੇ ਸਭ ਤੋਂ ਵੱਡੇ ਦਾ ਜੀ ਮਹਿੰਗਾਈ ਦਾ ਮੁੱਦਾ ਜੀ ਕੋਈ ਮਹਿੰਗਾਈ ਦਾ ਮੁੱਦਾ ਜੀ ਸਭ ਤੋਂ ਵੱਡੀ ਕਿਹੜੀ ਮਹਿੰਗਾਈ ਆ ਉਹਨੂੰ ਘੱਟ ਹੋਵੇ ਜੀ ਪਿਛਲੇ ਸਰਕਾਰਾਂ ਨੇ ਕੀ ਕੀਤਾ ਜੀ ਪਿਛਲੇ ਸਰਕਾਰਾਂ ਨੇ ਕੁਝ ਵੀ ਨਹੀਂ ਕੀਤਾ ਜੀ ਹੁਣ ਮਤਲਬ ਕਿ ਬਦਲੋਂਗੇ ਸਰਕਾਰ ਦੀ ਸਰਕਾਰ ਬਦਲਣ ਦੀ ਉਹ ਤਾਂ ਹਾਂਜੀ ਹਾਂ ਹਰੇਕ ਨੂੰ ਐਂ ਵੀ ਸਰਕਾਰ ਕੋਈ ਨਵੀਂ ਸਰਕਾਰ ਆਵੇ ਜੀ ਹਾਂਜੀ ਹਾਂਜੀ ਮੈਡਮ ਜੀ ਤੁਹਾਡਾ ਨਾਮ ਜੀ ਨੀਨਾ ਗਰਗੀ ਤੁਸੀਂ ਕਿਵੇਂ ਵੋਟ ਪਾਉਣ ਆਏ ਜੀ ਹਾਂਜੀ ਤੁਸੀਂ ਕੀ ਮੁੱਦਿਆਂ 'ਤੇ ਵੋਟ ਪਾਓਗੇ ਜੀ ਅਸੀਂ ਤਾਂ ਇਹੀ ਮੁੱਦੇ 'ਤੇ ਮਹਿੰਗਾਈ 'ਤੇ ਹੋਵੇ ਬੱਚਿਆਂ ਦੀ ਸ਼ਿਕਸ਼ਾ 'ਤੇ ਹੋਵੇ ਜੀ ਬੱਚੇ ਦੀ ਸ਼ਿਕਸ਼ਾ ਦਿਨ ਪਰ ਦਿਨ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਨੇ ਜੀ ਇਸ ਦੇ ਮੁੱਦੇ 'ਤੇ ਜੀ ਸਰਕਾਰ ਬਦਲ ਕੇ ਦੇਖਣਾ ਚਾਹੁੰਦੇ ਹਾਂ ਵੀ ਜੇ ਸਰਕਾਰ ਬਦਲ ਕੇ ਕੁਛ ਬੱਚਿਆਂ ਦੇ ਭਵਿੱਖ ਬਾਰੇ ਕੁਛ ਹੋਵੇ ਜੀ ਔਰਤਾਂ ਵਾਸਤੇ ਹੋਣੀ ਚਾਹੀਦੀ ਬਿਲਕੁਲ ਜੀ ਔਰਤਾਂ ਵਾਸਤੇ ਵੀ ਹੋਣਾ ਚਾਹੀਦਾ ਜੀ
ਠੀਕ।